ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਸਰਦਾਰ ਇਮਾਨ ਸਿੰਘ ਮਾਨ ਜੋ ਲੋਕ ਸਭਾ ਸੀਟ ਤੋਂ ਇੱਥੋਂ ਦੇ ਉਮੀਦਵਾਰ ਆ ਅਤੇ ਅੱਜ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਖਾਸ ਕਰਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥਾ ਸਰਦੱਤ ਖਾਲਸਾ ਅਤੇ ਵਾਰਸ ਪੰਜਾਬ ਦੀਆਂ ਜਥੇਬੰਦੀਆਂ ਇੱਥੇ ਇਕੱਤਰ ਹੋਈਆਂ ਆ ਸਰਦਾਰ ਇਮਾਨ ਸਿੰਘ ਮਾਨ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ ਅਤੇ ਉਹਨਾਂ ਨੂੰ ਇਹਨਾਂ ਤਿੰਨਾਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਸਮਰਥਨ ਆ ਉਹ ਦਿੱਤਾ ਜਾ ਰਿਹਾ ਆ ਅਤੇ ਭਵਿੱਖ ਵਿੱਚ ਅੰਮ੍ਰਿਤਸਰ ਦੀਆਂ ਜਿਹੜੀਆਂ ਹੋਰ ਵੀ ਪੰਥਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਆ ਸਿੱਖ ਸੁਸਾਇਟੀਆਂ ਆ ਹੋਰ ਆਦਿ ਸੰਸਥਾਵਾਂ ਆ ਉਹ ਵੀ ਸਰਦਾਰ ਇਮਾਨ ਸਿੰਘ ਮਾਨ ਦਾ ਭਾਰੀ ਜਿਹੜਾ ਸਮਰਥਨ ਆ ਉਹ ਕਰਨਗੇ। ਅੰਮ੍ਰਿਤਸਰ ਦੇ ਸੀਨੀਅਰ ਆਗੂ ਸਰਦਾਰ ਇਮਾਨ ਸਿੰਘ ਜੀ ਮਾਨ ਜੋ ਸ੍ਰੀ ਅੰਮ੍ਰਿਤਸਰ ਦੀ ਸੀਟ ਤੋਂ ਉਮੀਦਵਾਰ ਆ ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਨਗਰੀ ਤੋਂ ਦਾਸ ਨੂੰ ਜਿਹੜਾ ਮਾਨ ਗੁਰੂ ਕੇ ਸਿੱਖਾਂ ਨੇ ਬਖਸ਼ਿਆ ਉਹਦੇ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਦੇ ਯੋਗ ਬਣਾਉਣਾ ਦਾਸ ਨੂੰ। ਇਹ ਬਹੁਤ ਭਾਰੀ ਜ਼ਿੰਮੇਵਾਰੀ ਆਪ ਜੀਆਂ ਨੇ ਦਾਸ ਦੇ ਉੱਤੇ ਬਖਸ਼ਾਈ ਹੈ। ਇਹ ਜ਼ਿੰਮੇਵਾਰੀ 40 ਸਾਲ 1984 ਤੋਂ ਬਾਅਦ ਜਦ ਸਾਡਾ ਘੱਲੂਘਾਰਾ ਹੋਇਆ 40 ਸਾਲ ਬਾਅਦ ਇੱਥੇ 2024 'ਚ ਚੋਣ ਆਏ ਹੈ ਸਾਨੂੰ ਗੁਰੂ ਕੇ ਸਿੱਖ ਪਾਰਲੀਮੈਂਟ 'ਚ ਬੋਲਣ ਵਾਸਤੇ ਜੋ ਜਿਸ ਲੋੜ ਵਾਸਤੇ ਦਾਸ ਨੇ ਉਰੇ ਗੁਰੂ ਕੀ ਨਗਰੀ ਦੇ ਜ਼ਿੰਮੇਵਾਰੀ ਸੰਭਾਲਣ ਦਾ ਯਤਨ ਕੀਤਾ ਉਹ 40 ਸਾਲ ਦੇ ਵਿੱਚ ਸਾਡਾ ਕਤਲੇਆਮ ਅਤੇ ਸ਼ਿਕਾਰ ਖੇਡਿਆ ਗਿਆ। ਅੱਜ ਵੀ ਸਾਡੇ ਸਿੰਘ ਬੰਦੀ ਹੈ, ਅੱਜ ਵੀ ਸਾਡੇ ਉੱਤੇ ਕਾਨੂੰਨੇ ਕਾਨੂੰਨ NSA ਵਰਗੇ ਲਾਗੂ ਹੈ। ਅੱਜ ਵੀ ਮੋਦੀ ਅਤੇ ਉਹਦੀ ਟੋਲੀ ਜਿਵੇਂ ਕਾਂਗਰਸ ਰਾਜੀਵ ਗਾਂਧੀ ਨੇ ਸਾਡਾ ਸ਼ਿਕਾਰ ਖੇਡਿਆ ਸੀ ਉਹ ਕਹਿ ਕੇ ਬਾਹਰਲੇ ਦੇਸ਼ਾਂ 'ਚ ਸਾਡਾ ਸ਼ਿਕਾਰ ਖੇਡ ਰਿਹਾ। ਇਹ ਗੈਰ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੋਈ ਸਰਕਾਰਾਂ ਜਿਹਨੇ ਖਾਲਰਾ ਸਾਹਿਬ ਵਰਗੇ ਸ਼ਹੀਦ ਕਰਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਦਾਸ ਨੂੰ ਗੁਰੂ ਮਹਾਰਾਜ ਆਪਣੀ ਨਕਸ਼ ਆਪਣੇ ਨਗਰੀ ਤੋਂ ਇੰਨੀ ਤਾਕਤ ਦੇਣ ਕਿ ਅਸੀਂ ਬੋਲ ਕੇ ਆਪਣੇ ਪੰਥ ਦੀ ਗੱਲ ਕਰ ਸਕੀਏ। ਮਹਾਰਾਜ ਆਪ ਜੀ ਨੇ ਜਿਹੜੀ ਸਿੱਖੀ ਨੂੰ ਵਸਾਇਆ ਉਹਦੀ ਕਿਸੇ ਨਾ ਕਿਸੇ ਰੂਪ 'ਚ ਤਿਲ ਫੁੱਲ ਉਹਨਾਂ ਦੀ ਸੇਵਾ ਕਰ ਸਕੀਏ। ਇਹ ਬੇਨਤੀਆਂ ਕਰਦਾ ਅੱਗੇ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੇ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ। ਸੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਸਰਦਾਰ ਇਮਾਨ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਆ ਅਤੇ ਇਸ ਵਾਰ ਲੋਕ ਸਭਾ ਸੀਟ ਦੇ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਇਹ ਗੁਰੂਆਂ ਦੀ ਧਰਤੀ ਹੈ। ਇੱਥੇ ਗੁਰੂ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਆਦਿ ਵਸਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਵੀ ਇਸੇ ਧਰਤੀ ਦੇ ਉੱਤੇ ਹੋਈ ਹੈ। ਸੋ ਬੜੀਆਂ ਪਾਰਟੀਆਂ ਆ ਜੋ ਲੰਬੇ ਸਮੇਂ ਤੋਂ ਪੰਥ ਅਤੇ ਪੰਜਾਬ ਨੂੰ ਲੁੱਟ ਰਹੀਆਂ ਆ। ਇੱਕ ਪਾਸੇ ਉਹ ਕਾਂਗਰਸ ਧੇਰੇ ਆ, ਖੂਨੀ ਪੰਜਾ ਆ, ਕਾਤਲ ਜਮਾਤ ਆ ਜਿਹਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗੰਨਾਂ, ਹਵਾਈ ਜਹਾਜ਼ਾਂ ਦੇ ਨਾਲ ਢਹਿ ਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ।
ਜਿਸ ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਸੀਂ ਤਨ ਮਨ ਦੇ ਰੋਗ ਦੂਰ ਕਰਦੇ ਹਾਂ, ਉਸ ਨੂੰ ਸਿੱਖਾਂ ਦੇ ਖੂਨ ਦੇ ਨਾਲ ਲਾਲ ਕਰ ਦਿੱਤਾ ਗਿਆ। ਪਰਿਕਰਮਾ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਜਿਹੜੀਆਂ ਉਹ ਭਰੀਆਂ ਸੀ। ਫਿਰ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚੱਲਿਆ। ਕਾਂਗਰਸ ਦੇ ਜਾਂ ਭਾਰਤੀ ਹਕੂਮਤ ਦੇ ਇਸ ਦੌਰ ਨੂੰ ਜਿਹੜਾ ਆ ਉਹ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਦੂਜੇ ਪਾਸੇ ਉਹ ਅਖੌਤੀ ਅਕਾਲੀ ਦਲ ਆ ਬਾਦਲ ਕੇ ਆ, ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ 1984 ਦੇ ਵਿੱਚ ਵੀ ਕੀਤੀਆਂ, ਬਾਅਦ ਵਿੱਚ ਵੀ ਇਹ ਸਿੱਖਾਂ ਦੇ ਕਾਤਲਾਂ ਦੇ ਨਾਲ ਇਹਨਾਂ ਦੀ ਜਾਰੀ ਰਹੀ। ਚਾਹੇ ਉਹ ਇਜ਼ਹਾਰ ਆਲਮ ਹੋਵੇ, ਚਾਹੇ ਉਹ ਸੈਣੀ ਹੋਵੇ, ਅਤੇ ਚਾਹੇ ਹੋਰ ਵੀ ਜਿਹੜੇ ਵੱਡੇ ਵੱਡੇ ਜਿਹੜੇ ਬੁੱਚੜ ਆ ਇਹਨਾਂ ਦੇ ਨਾਲ ਜਾਰੀ ਰਹੀ ਆ। ਅਤੇ ਬਾਦਲ ਕਿਆਂ ਨੇ 2015 ਦੇ ਵਿੱਚ ਜੋ ਕਹਿਰ ਵਪਰਾਇਆ ਇਹਨਾਂ ਦੇ ਰਾਜ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ, ਫਿਰ ਬੇਅਦਬੀ ਦੇ ਕਾਤਲਾਂ ਨੂੰ, ਦੋਸ਼ੀਆਂ ਨੂੰ ਜਿਹੜਾ ਆ ਉਹ ਬਚਾਇਆ ਗਿਆ, ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ, ਸਿਰਸੇ ਵਾਲੇ ਨਾਲ ਜਾਰੀ ਜਿਹੜੀ ਆ ਉਹ ਨਿਭਾਈ ਗਈ। ਬਾਦਲ ਕੇ ਇਹਨਾਂ ਹਾਲਾਤਾਂ ਕਰਕੇ ਹੁਣ ਪੂਰੀ ਤਰ੍ਹਾਂ ਜਿਹੜੇ ਨਿਸਲ ਆ ਹੋ ਚੁੱਕੇ ਆ, ਭਾਵੇਂ ਕਿ ਇਹ ਪੰਥਕ ਬਣਨ ਦੇ ਡਰਾਮੇ ਵੀ ਕਰ ਰਹੇ ਆ, ਪਰ ਖਾਲਸਾ ਪੰਥ ਅਤੇ ਪੰਜਾਬ ਵਾਸੀ ਇਹਨਾਂ ਨੂੰ ਬਖਸ਼ੇਗਾ ਨਹੀਂ। ਇੱਕ ਪਾਸੇ ਹੁਣ ਝਾੜੂ ਪਾਰਟੀ ਆ ਜਿਹੜੀ ਇੱਕ ਸਿਰ ਫਿਰਿਆਂ ਦੀ ਪਾਰਟੀ ਹੈ, ਜਿਹਨੇ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ NSA ਜਿਹੜੀ ਆ ਉਹ ਲਗਾਈ ਆ, ਝੂਠ ਬੋਲ ਕੇ ਇਹ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਹੋਂਦ ਵਿੱਚ ਆਈ ਸੀ। ਪਰ ਇਹ ਜਿਹੜੀ ਪਾਰਟੀ ਆ, ਜਿਵੇਂ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਇਹ ਵੀ ਪਾਰਟੀ ਉਸੇ ਤਰ੍ਹਾਂ ਦਿੱਲੀ ਦੇ ਨਾਲ ਜਿਹੜੀ ਆ ਉਹ ਇੱਕ ਮੇਕ ਆ। ਇਹ ਭਾਜਪਾ ਦਾ ਹੀ ਜਿਹੜਾ ਆ ਝਾੜੂ ਪਾਰਟੀ ਦੂਜਾ ਰੂਪ ਆ। ਅਤੇ ਦੂਜੀ ਗੱਲ, ਭਾਜਪਾ ਦੀ ਕਾਂਗਰਸ ਦੇ ਨਾਲ ਪੂਰੀ ਪੂਰੀ ਸਾਂਝ ਆ। ਭਾਜਪਾ ਅਤੇ ਕਾਂਗਰਸ ਉਹ ਵੀ ਇੱਕ ਮੇਕ ਹੀ ਆ। ਜੋ ਕੁਝ ਕਾਂਗਰਸ ਨੇ ਸਾਡੇ ਉੱਤੇ ਕਹਿਰ ਵਪਰਾਇਆ, ਭਾਜਪਾ ਉਹਦੇ ਵਿੱਚ ਪੂਰੀ ਤਰ੍ਹਾਂ ਭਾਈਵਾਲ ਜਿਹੜੀ ਆ ਉਹ ਰਹੀ। ਅਤੇ ਅੱਜ ਵੀ ਮੋਦੀ ਹਕੂਮਤ ਦੇ ਵਿੱਚ ਭਾਰਤੀ ਹਕੂਮਤ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੇ ਜਿਹੜੇ ਕਤਲ ਪੰਜਾਬ ਦੀ ਧਰਤੀ ਦੇ ਉੱਤੇ ਵੀ ਕਰ ਰਹੀ ਹੈ ਅਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਕਰ ਰਹੀ ਹੈ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ, ਸਿੱਖ ਕੌਮ ਦੇ ਜੋ ਕੌਮੀ ਜਰਨੈਲ ਆ, ਜਿਨ੍ਹਾਂ ਨੇ ਇਹਨਾਂ ਕਤਲਾਂ ਦੇ ਵਿਰੁੱਧ ਲੋਕ ਸਭਾ ਦੇ ਵਿੱਚ ਵੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ। ਜੋ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਭਾਈ ਅਵਤਾਰ ਸਿੰਘ ਖੰਡਾ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹੜਾ ਕਤਲ ਆ ਉਹ ਕੀਤਾ ਗਿਆ, ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਜਿਹੜਾ ਆ ਉਹ ਕਤਲ ਕੀਤਾ ਗਿਆ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਸਾਡੇ ਖੋਏ ਗਏ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਬੁਲੰਦ ਕੀਤੀ। ਅਸੀਂ ਆਸ ਕਰਦੇ ਹਾਂ ਕਿ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਿੱਖ ਕੌਮ ਦੇ ਹੱਕਾਂ ਹਕੂਕਾਂ ਦੇ ਲਈ ਲੜਦੇ ਆ ਰਹੇ ਆ, ਪੰਜਾਬ ਦੇ ਲਈ ਲੜਦੇ ਆ ਰਹੇ ਆ, ਉਹਨਾਂ ਦੇ ਸਪੁੱਤਰ ਸਰਦਾਰ ਇਮਾਨ ਸਿੰਘ ਮਾਨ ਵੀ ਪੂਰੀ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਆ ਅਤੇ ਅਗਾਂਹ ਵੀ ਜਿਹੜੀ ਆ ਉਹ ਨਿਭਾਉਣਗੇ। ਅਤੇ ਸਿੱਖ ਕੌਮ ਦੇ ਉੱਤੇ ਜੋ ਜਬਰ ਜ਼ੁਲਮ ਹੋ ਰਿਹਾ ਆ ਉਹ ਧੱਕੇ ਜਿਹੜੀ ਸ਼ਾਹੀਆਂ ਹੋ ਰਹੀਆਂ ਆ ਉਹਦੀ ਆਵਾਜ਼ ਨੂੰ ਜਿਹੜਾ ਬੁਲੰਦ ਕਰਨਗੇ ਲੋਕ ਸਭਾ ਦੇ ਵਿੱਚ ਵੀ ਜਾ ਕੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ। ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥਾ ਸਰਲੱਥ ਖਾਲਸਾ, ਵਾਰਸ ਪੰਜਾਬ ਦੇ ਅਤੇ ਹੋਰ ਸਿੱਖ ਸੰਗਤਾਂ ਦੇ ਵੱਲੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਤੋਂ ਜਿਹੜਾ ਸਮਰਥਨ ਆ ਉਹ ਦਿੱਤਾ ਗਿਆ। ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਜਿਹੜੀ ਫਤਿਹ ਜਾਬੀ ਆ ਉਹ ਬਖਸ਼ਣ, ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਅਸੀਂ ਖੜ੍ਹੇ ਹਾਂ। ਸੋ ਹੁਣ ਜਥੇਦਾਰ ਭਾਈ ਦਿਲਬਾਗ ਸਿੰਘ ਜੀ ਸੁਲਤਾਨਵਿੰਡ ਜੋ ਜਥਾ ਸਰਲੱਥ ਖਾਲਸਾ ਦੇ ਮੁੱਖ ਸੇਵਾਦਾਰ ਆ ਅਤੇ ਸ਼ਹੀਦ ਬਾਬਾ ਪਿਆਰਾ ਸਿੰਘ ਜੀ ਸੁਲਤਾਨਵਿੰਡ ਦੇ ਸਤਿਕਾਰਯੋਗ ਸਪੁੱਤਰ ਆ, ਸੋ ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਭਾਈ ਰਣਜੀਤ ਸਿੰਘ ਨੇ ਸਾਰੀਆਂ ਗੱਲਾਂ ਜਿਹੜੀਆਂ ਦੱਸ ਹੀ ਦਿੱਤੀਆਂ, ਕੋਈ ਦੱਸਣ ਵਾਲੀ ਗੱਲ ਨਹੀਂ ਬਾਕੀ ਰਹੀ। ਵਾਹਿਗੁਰੂ। ਬਾਕੀ ਇਹੋ ਅਪੀਲ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਜਿਸ ਤਰ੍ਹਾਂ ਮਾਨ ਸਾਹਿਬ ਕੌਮ ਵਾਸਤੇ ਪਹਿਲੇ ਦਿਨੋਂ ਲੜਦੇ ਆਏ,
ਉਸ ਤਰ੍ਹਾਂ ਹੀ ਉਹਨਾਂ ਦੇ ਲੜਕੇ ਜਿਹੜੇ ਬੇਟੇ ਆ ਇਹ ਵੀ ਹਰ ਜਗ੍ਹਾ ਜਿਹੜੇ ਕੌਮ ਵਾਸਤੇ ਹਾਜ਼ਰ ਹੁੰਦੇ ਨੇ, ਹਰ ਥਾਂ ਜਿਹੜੇ ਸਿਰ ਤਲੀ 'ਤੇ ਧਰ ਕੇ ਜਿਹੜੇ ਨਾਲ ਲੜਦੇ ਨੇ, ਹਰ ਜਗ੍ਹਾ ਕੌਮ ਲਈ ਜਿਹੜੇ ਤੱਤਵਰ ਤਿਆਰ ਰਹਿੰਦੇ ਨੇ। ਮੈਂ ਤਾਂ ਇਹੋ ਹੀ ਸਾਰੀ ਕੌਮ ਨੂੰ ਬੇਨਤੀ ਕਰਾਂਗਾ ਕਿ ਸਾਰੇ ਰਲ ਕੇ ਆਪਾਂ ਜਿਹੜਾ ਵਾ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਵਾ ਇਹਨਾਂ ਨੂੰ ਇੱਥੋਂ ਜਿਤਾ ਕੇ ਮਾਣ ਦਵਾ ਕੇ ਘੱਲੀਏ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਮੋਦੀ ਜਿੱਥੇ ਬਹਿਣਾ ਉੱਥੇ ਇਹਨਾਂ ਨੂੰ ਪਾਈਏ, ਉਹ ਜਗ੍ਹਾ ਦੇ ਵਿੱਚ ਜਦੋਂ ਇਹ ਬਹਿਣਗੇ ਜਾ ਕੇ ਜਿੱਦਾਂ ਆਪਾਂ ਰੌਲਾ ਪਾਉਂਦੇ ਹਾਂ, ਜਿੱਦਾਂ ਅੰਮ੍ਰਿਤਪਾਲ ਹੁਣਾਣਾ ਜਿਹੜਾ ਧੱਕਾ ਹੋ ਗਿਆ, ਜਾਂ ਆਪਣੇ ਹੋਰ ਸਿੰਘਾਂ ਬੰਦੀ ਸਿੰਘ ਆ ਜਿਹੜੇ 30 ਸਾਲ ਹੋ ਗਏ ਆ ਅੰਦਰ ਉਹ ਜਿਹੜੇ ਸਜ਼ਾ ਭੋਗਣ ਰਹੇ ਆ, ਉਹਨਾਂ ਨੂੰ ਵੀ ਛਡਾਉਣ ਦੀ ਜਿਹੜੀ ਕੋਸ਼ਿਸ਼ ਇਸ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ। ਇਹ ਜਿਹੜੇ ਫੋਕੇ ਨਾਅਰੇ ਮਾਰ ਕੇ ਆਪਾਂ ਜਿਹੜੇ ਲਲਕਾਰੇ ਮਾਰ ਕੇ ਆਪਾਂ ਪਰਚੇ ਕਰਵਾ ਲੈਂਦੇ ਹਾਂ, ਉਹ ਕੰਮ ਆਪਾਂ ਛੱਡੀਏ, ਆਪਾਂ ਜਿਹੜਾ ਵਾ ਇਹ ਸਿਆਸੀ ਤੌਰ 'ਤੇ ਜਿਹੜਾ ਵਾ ਇਹਨਾਂ ਸਿੱਖ ਕੌਮ ਦੇ ਆਗੂਆਂ ਨੂੰ ਅੱਗੇ ਕਰੀਏ, ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਮਜ਼ਬੂਤ ਹੋਵੇ। ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਅੱਗੋਂ ਪਿੱਛੋਂ ਪਿੱਟਣ ਦੀ ਕੋਈ ਲੋੜ ਨਹੀਂ, ਇਸ ਟਾਈਮ ਜਿਹੜੇ ਆਹ ਟਾਈਮ ਜਿੱਦਾਂ ਵੋਟਾਂ ਦਾ ਹੁੰਦਾ ਉਦੋਂ ਆਪਾਂ ਸਾਥ ਨਹੀਂ ਦੇਣਾ, ਅਤੇ ਬਾਅਦ ਦੇ ਵਿੱਚ ਜਿਹੜਾ ਅਸੀਂ ਰੌਲਾ ਪਾਈ ਜਾਣਾ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕੌਮ ਨਾਲ ਹੋ ਗਿਆ, ਆਹ ਧਰੋਹ ਹੋ ਗਿਆ। ਇਸ ਕਰਕੇ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਆਪਾਂ ਸਾਰੇ ਰਲ ਮਿਲ ਕੇ ਸਾਥ ਭਾਈ ਸਾਹਿਬ ਦਾ ਦੇ ਕੇ ਮਾਨ ਸਾਹਿਬ ਮਾਨ ਦਾ, ਅਤੇ ਆਪਾਂ ਸਾਰੇ ਦਿਲੋਂ ਤਣੋ ਮਨੋ ਧਣੋ ਸਾਰੇ ਰਲ ਕੇ ਜਿਹੜਾ ਵਾ ਇਹਨਾਂ ਦਾ ਸਾਥ ਦਈਏ ਅਤੇ ਇਹਨਾਂ ਨੂੰ ਜਿਤਾਈਏ, ਕਿਉਂਕਿ ਆਪਣਾ ਫਰਜ਼ ਬਣਦਾ ਕੌਮ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬੜਾ ਵਧੀਆ ਜਿਹੜਾ ਚਿੱਟਾ ਜਿਹੜਾ ਸਾਡਾ ਕੌਮ ਦਾ ਨਿਕਲੂ, ਜੇ ਆਪਾਂ ਇਹ ਜਿਹੜੇ ਆਗੂ ਆ ਜਿੱਦਾਂ ਉਧਰੋਂ ਲੱਖਾ ਸਿਧਾਣਾ ਹੋ ਗਿਆ ਮਾਨ ਸਾਹਿਬ ਜੀ ਹੋਣੀ, ਜਾਂ ਇਹ ਜਿਹੜੇ ਕੌਮ ਦੇ ਦਰਦੀ ਆ ਜਿਹੜੇ ਯੋਧੇ ਅੰਮ੍ਰਿਤਪਾਲ ਹੋ ਗਿਆ, ਜਾਂ ਹੋਰ ਵੀ ਜਿਹੜੇ ਦਰਦੀ ਯੋਧੇ ਖਲੋਤੇ ਆ ਜਿਹੜਾ ਕੌਮ ਦਾ ਇੱਥੇ ਸੀਨੇ 'ਚ ਦਰਦ ਰੱਖਦੇ ਆ, ਉਹਨਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਜਿਤਾਈਏ। ਆਪਾਂ ਇਹ ਨਾ ਵੇਖੀਏ ਕਿ ਕਿਸੇ ਦੇ ਪੱਖ 'ਚ ਖਲੋਤਾ ਜਾਂ ਨਹੀਂ ਖਲੋਤਾ, ਕਿਸੇ ਪਾਰਟੀ ਵੱਲੋਂ ਖਲੋਤਾ ਜਾਂ ਨਹੀਂ ਖਲੋਤਾ, ਨਹੀਂ, ਆਪਾਂ ਇਹ ਵੇਖੀਏ ਵੀ ਕੌਮ ਵਾਸਤੇ ਇਹ ਬੰਦਾ ਕਿੰਨਾ ਜਿਹੜਾ ਇਹ ਨਾਰਾ ਮਾਰਦਾ ਰਿਹਾ ਜਾਂ ਕੀ ਗੱਲ ਕਰਦਾ ਰਿਹਾ, ਉਹ ਜ਼ਰੂਰ ਆਪਾਂ ਵੇਖਿਆ ਕਰੀਏ। ਇਸ ਕਰਕੇ ਮੇਰੀ ਬੇਨਤੀ ਹੈ ਕਿ ਮਾਨ ਸਾਹਿਬ ਮਾਨ ਨੂੰ ਆਪਾਂ ਸਾਰੇ ਰਲ ਕੇ ਜਿਹੜਾ ਇੱਥੋਂ ਜਿਤਾ ਕੇ ਅੰਮ੍ਰਿਤਸਰੋਂ ਭੇਜੀਏ। ਬਾਕੀ ਕੋਈ ਵੱਧ ਘੱਟ ਦੱਸ ਕੋਈ ਗੱਲ ਨਿਕਲ ਗਈ ਹੋਵੇ ਤਾਂ ਬਖਸ਼ਣ ਯੋਗ ਹੈ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਸਫਾਂ ਵਿੱਚ ਅਕਸਰ ਹੀ ਸਰਗਰਮ ਰਹਿਣ ਵਾਲੇ ਸਾਡੇ ਗੁਰਸਿੱਖ ਵੀਰ ਭਾਈ ਭੁਪਿੰਦਰ ਸਿੰਘ 6 ਜੂਨ ਜੋ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਜਥਾ ਸਰਲੱਤ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਜਥੇਬੰਦੀਆਂ ਦੇ ਵਿੱਚ ਸਰਗਰਮ ਰਹਿ ਕੇ ਸੇਵਾ ਨਿਭਾਉਂਦੇ ਆ, ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਪਰਖ ਚੁੱਕੇ ਹਾਂ, ਆਪਾਂ ਵੇਖ ਲਿਆ ਵੀ ਕੋਈ ਵੀ ਪਾਰਟੀ ਜਿਹੜੀ ਆ ਸਾਡੀ ਕੌਮ ਦੇ ਹੱਕ 'ਚ ਨਹੀਂ ਗੀ, ਸਿੱਖਾਂ ਦੇ ਹੱਕ 'ਚ ਨਹੀਂ ਗੀ। ਜਿਵੇਂ ਭਾਈ ਰਣਜੀਤ ਸਿੰਘ ਨੇ ਦੱਸਿਆ ਵਾ ਵੀ ਕਿਵੇਂ ਕਾਂਗਰਸ ਨੇ ਸਿੱਖ ਮਾਰੇ ਅਤੇ ਬਾਦਲ ਕਿਆਂ ਅਤੇ BJP ਨੇ ਸਿੱਖੀ ਮਾਰੀ, ਸਾਡੇ ਅੰਦਰੋਂ ਸਿੱਖੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖੀ ਨੂੰ ਕੋਈ ਮਾਰ ਨਹੀਂ ਸਕਿਆ। ਸੋ ਆਪਾਂ ਹੁਣ ਝਾੜੂ ਵਾਲੇ ਵੀ ਪਰਖ ਲਏ ਆ ਅਤੇ ਕਾਂਗਰਸ ਵਾਲੇ ਵੀ ਪਰਖ ਲਏ ਆ ਅਤੇ ਬਾਦਲ ਕੇ ਸਾਰੀਆਂ ਆਪਾਂ ਪਾਰਟੀਆਂ ਜਿਹੜੀਆਂ ਪਰਖ ਚੁੱਕੇ ਹਾਂ। ਹੁਣ ਆਪਾਂ ਅਨੰਦਪੁਰ ਸਾਹਿਬ ਵੱਲ ਨੂੰ ਮੂੰਹ ਕਰੀਏ ਅਤੇ ਆਪਣੇ ਘਰ ਪਹੁੰਚੀਏ। ਆਪਣੇ ਅਨੰਦਪੁਰ ਸਾਹਿਬ ਜਿਹੜੇ ਵੀਰ ਕਈ ਗੱਲਾਂ ਕਰਦੇ ਆ ਨਾ ਵੀ ਆਪਾਂ ਜਿਹੜਾ ਰੈਫਰੈਂਡਮ ਜਿਹੜੀ ਭਾਰਤ ਸਰਕਾਰ ਨੇ ਬੈਨ ਲਾਇਆ ਵਾ, ਉਹ ਰੈਫਰੈਂਡਮ ਸਮਝ ਲਓ ਵੀ ਪੰਜਾਬ ਦੇ ਵਿੱਚ ਹੋਣ ਲੱਗਾ ਵਾ, ਇਹ ਸਾਡੀਆਂ ਵੋਟਾਂ ਦੀ ਗਿਣਤੀ ਸਾਨੂੰ ਦੱਸੇਗੀ ਵੀ ਅਸੀਂ ਬੇਗਮਪੁਰਾ ਰਾਜ ਜਿਹੜਾ ਕਿਵੇਂ ਹਾਸਲ ਕਰਨਾ ਵਾ ਔਰ ਕੌਮ ਦੇ ਹੱਕ ਦੇ ਵਿੱਚ ਆਪਾਂ ਕਿਵੇਂ ਭੁਗਤਣਾ ਵਾ। ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਮਾਨ ਸਾਹਿਬ ਦੇ ਕੈਂਡੀਡੇਟ ਖੜ੍ਹੇ ਆ ਉਹਨਾਂ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜੀਏ ਅਤੇ ਇਹ ਜਿਹੜੇ ਸਿੱਖੀ ਦੇ ਦੁਸ਼ਮਣ ਹੈ ਉੱਥੋਂ ਇਹਨਾਂ ਦੇ ਗਰੇਬਾਂ ਨੂੰ ਫੜ ਸਕੀਏ ਵੀ ਜਿਹੜੇ ਜਿਹੜੇ ਤੁਸੀਂ ਸਾਡੇ ਉੱਤੇ ਜਿਹੜੇ ਜ਼ੁਲਮ ਕੀਤੇ ਆ ਉਹਨਾਂ ਦਾ ਹਿਸਾਬ ਦਿਓ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਵੱਧ ਚੜ੍ਹ ਕੇ ਜਿਹੜਾ ਵਾ ਉਹ ਆਪਾਂ ਇਹਨਾਂ ਦਾ ਸਾਥ ਦੇਣਾ ਆ। ਉਹ ਜਿਹੜੇ ਵੀਰ ਕਈ ਆਪਾਂ ਨੂੰ ਪੁੱਛਦੇ ਆ ਕਿ ਸਾਨੂੰ ਕੋਈ ਨੰਬਰ ਦਿਓ ਆਪਾਂ ਕਿਸ ਤਰ੍ਹਾਂ ਜੁੜਨਾ ਵਾ, ਅਤੇ ਉਹ ਸਰਦਾਰ ਇਮਾਨ ਸਿੰਘ ਮਾਨ ਹੋਣਾ ਦੇ ਪੇਜ ਤੋਂ
ਆਪਾਂ ਤੁਹਾਨੂੰ ਬਹੁਤ ਛੇਤੀ ਜਿਹੜੇ 10 ਨੰਬਰ ਅੰਮ੍ਰਿਤਸਰ ਸਾਹਿਬ ਦੇ ਦੇਵਾਂਗੇ, ਜਿਨ੍ਹਾਂ ਨੇ ਜੁੜਨਾ ਵਾ ਜਿਹੜੇ ਪਿੰਡਾਂ ਦੇ ਵਿੱਚ, ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕਰਨੀ ਆ ਉਹ ਸਾਡੇ ਨਾਲ ਪਹੁੰਚ ਕਰ ਸਕਦੇ ਆ। ਜਿਹੜੇ ਵੀਰ ਦੀਪ ਸਿੱਧੂ ਦੀ ਗੱਲ ਕਰਦੇ ਆ, ਅਤੇ ਦੀਪ ਸਿੱਧੂ ਉਹੀ ਵੀਰ ਆ ਜਿਹੜਾ ਮਾਨ ਸਾਹਿਬ ਦੇ ਨਾਲ ਤੁਰਿਆ, ਔਰ ਸਿੱਧੂ ਮੂਸੇਵਾਲਾ ਜਿਹਨੇ ਆਖਰੀ ਲਫ਼ਜ਼ ਜਿਹੜੇ ਸੀਗੇ ਕਿ ਬਾਪੂ ਜੀ ਆ ਜਾਓ ਅਸੀਂ ਤੁਹਾਡੇ ਵਾਸਤੇ ਤਿਆਰ ਹਾਂ। ਸਿੱਧੂ ਮੂਸੇਵਾਲੇ ਦੇ ਵੀ ਜਿਹੜੇ ਫਾਲੋਅਰ ਆ ਜਾਓ, ਉਹਦੇ ਆਖਰੀ ਬੋਲ ਪਗਾ ਜਾਓ ਆ ਕੇ ਕਿ ਕਿਵੇਂ ਉਹਨਾਂ ਨੇ ਮਾਨ ਸਾਹਿਬ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰਸ ਪੰਜਾਬ ਜਥੇਬੰਦੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਗੂ ਭਾਈ ਹਰਮਨਦੀਪ ਸਿੰਘ, ਉਹਨਾਂ ਨੇ ਵੀ ਅੱਜ ਸਰਦਾਰ ਇਮਾਨ ਸਿੰਘ ਮਾਨ ਦਾ ਸਮਰਥਨ ਕੀਤਾ ਆ। ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ। ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੈ ਕਿ ਸਾਨੂੰ ਇੱਕ ਬਹੁਤ ਵਧੀਆ ਆਗੂ, ਸਿੱਖ ਆਗੂ ਜੋ ਕਿ ਸਾਡੀ ਨੁਮਾਇੰਦਗੀ ਕਰ ਸਕਦੇ ਆ, ਸਿਮਰਜੀਤ ਸਿੰਘ ਮਾਨ ਸਾਹਿਬ ਨੇ ਸਾਨੂੰ ਕੈਂਡੀਡੇਟ ਦਿੱਤੇ ਆ। ਅਸੀਂ ਇਹੋ ਗੱਲਾਂ ਕਰਦੇ ਰਹਿੰਦੇ ਹਾਂ, ਸਾਡੀ ਗੱਲ ਕੌਣ ਕਰੂਗਾ? ਜੇ ਅੱਜ ਸਾਡੀ ਗੱਲ ਪਾਰਲੀਮੈਂਟ ਵਿੱਚ ਕਰ ਲਈ, ਅੰਮ੍ਰਿਤਸਰ ਸਾਹਿਬ ਪਹੁੰਚੇ ਆ, ਤਾਂ ਸਾਡਾ ਫਰਜ਼ ਬਣਦਾ ਕਿ ਅੰਮ੍ਰਿਤਸਰ ਵਾਸੀਆਂ ਲਈ ਅਤੇ ਅਸੀਂ ਇਹਨਾਂ ਦਾ ਸਾਥ ਦੇਈਏ, ਅਤੇ ਬਾਅਦ ਦੇ ਵਿੱਚ ਅਸੀਂ ਗੱਲਾਂ ਨਾ ਕਰੀਏ ਅਸੀਂ ਉਹ ਕਰ ਦਾਂਗੇ, ਅਕਾਲੀਆਂ ਨੇ ਉਹ ਕਰਤਾ, ਕਾਂਗਰਸੀਆਂ ਨੇ ਉਹ ਕਰ ਦਿੱਤਾ। ਹੁਣ ਸਾਡੇ ਕੋਲ ਇੱਕ ਬਹੁਤ ਸੁਨਹਿਰੀ ਮੌਕਾ ਕਿ ਅਸੀਂ ਇਹਨਾਂ ਦਾ ਸਾਥ ਦੇਈਏ ਅਤੇ ਔਰ ਇਹਨਾਂ ਨੂੰ ਪਾਰਲੀਮੈਂਟ ਵਿੱਚ ਪਹੁੰਚਾਈਏ ਔਰ ਸਾਡੀ ਗੱਲ ਰੱਖਣ ਯੋਗ ਹੋਣ। ਸਿਮਰਜੀਤ ਸਿੰਘ ਮਾਨ ਜਿਸ ਤਰ੍ਹਾਂ ਪਿਛਲੇ ਕਈਆਂ ਸਾਲਾਂ ਤੋਂ ਮੈਂਬਰ ਆਫ ਪਾਰਲੀਮੈਂਟ ਸਾਡੀ ਆਵਾਜ਼ ਚੁੱਕਦੇ ਆ, ਅਤੇ ਇਸੇ ਤਰ੍ਹਾਂ ਸਾਡੇ ਇਮਾਨ ਸਿੰਘ ਮਾਨ ਵੀ ਜੇਕਰ ਪਾਰਲੀਮੈਂਟ ਆਵਾਜ਼ ਚੁੱਕਣ, ਸਾਡੀ ਇਹ ਆਵਾਜ਼ ਪੂਰੇ ਵਰਲਡ ਵਿੱਚ ਜਾ ਸਕਦੀ ਹੈ। ਸਿੱਖਾਂ ਦੀ ਗੱਲ ਕਰਨ ਵਾਲਾ ਹੈ ਹੀ ਕੋਈ ਨਹੀਂ। ਅੱਜ ਜੇ ਸਾਡੇ ਵਿੱਚ ਗੱਲ ਕਰਨ ਵਾਲੇ ਆਏ ਆ ਤਾਂ ਸਾਡਾ ਫਰਜ਼ ਬਣਦਾ ਅੰਮ੍ਰਿਤਸਰ ਵਾਸੀਆਂ ਲਈ। ਅਸੀਂ ਬਹੁਤ ਰਾਜਨੀਤਿਕ ਪਾਰਟੀਆਂ ਵੇਖ ਚੁੱਕੇ ਹਾਂ, ਅਕਾਲੀ, ਕਾਂਗਰਸੀ, ਈਵਨ ਕਿ ਅਸੀਂ ਝਾੜੂ ਵਾਲੇ ਵੀ ਵੇਖ ਲਿਆ। ਹੁਣ ਪੰਜਾਬੀਆਂ ਸਾਰਿਆਂ ਦਾ ਮੂੰਹ ਭੰਗ ਹੋ ਚੁੱਕਿਆ, ਅਸੀਂ ਉਹ ਬੰਦਾ ਚੁਣੀਏ ਜੋ ਸਾਡੀ ਗੱਲ ਕਰੇ। ਸਾਨੂੰ ਆਟਾ, ਦਾਲ, ਕਣਕ ਗਲੀਆਂ ਨਾਲੀਆਂ ਤੋਂ ਉੱਪਰ ਉੱਠਣ ਹੀ ਨਹੀਂ ਦਿੱਤਾ ਇਹਨਾਂ ਲੋਕਾਂ ਨੇ। ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਉਹ ਬੰਦਾ ਚੁਣੀਏ ਜੋ ਸਾਡੀ ਕੌਮ ਦੀ ਗੱਲ ਕਰ ਸਕੇ, ਰਿਪ੍ਰਜੈਂਟ ਕਰ ਸਕੇ ਸਿੱਖ ਕੌਮ ਨੂੰ। ਅਸੀਂ ਇਸ ਕਰਕੇ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ, ਖਾਸ ਕਰਕੇ ਮਤਲਬ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਮਾਨ ਵੱਲੋਂ ਜੋ ਕੈਂਡੀਡੇਟ ਦਿੱਤੇ ਗਏ ਉਹਨਾਂ ਨੂੰ ਜਿਤਾਈਏ ਅਤੇ ਉਹ ਸਕਦੀ ਕੋਈ ਗੱਲ ਕਰਨ ਵਾਲਾ ਅੱਗੇ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਇਮਾਨ ਸਿੰਘ ਮਾਨ ਜਿੰਦਾਬਾਦ। ਬੋਲੇ ਸੋ ਨਿਹਾਲ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ, ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ, ਸ਼ਹੀਦ ਜਨਰਲ ਸ਼ਵੇਕ ਸਿੰਘ ਜੀ ਜਿੰਦਾਬਾਦ, ਸ਼ਹੀਦ ਬਾਬਾ ਥਾਰਾ ਸਿੰਘ ਜੀ ਜਿੰਦਾਬਾਦ। ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿਆਂਗੇ ਹੋ ਕੇ। ਬੋਲੇ ਸੋ ਨਿਹਾਲ, ਅੰਮ੍ਰਿਤਸਰ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।